ਮੈਂਬਰ ਪਾਰਲੀਮੈਂਟ ਸ਼੍ਰੀ ਖਰੂਰ ਸਾਹਿਬ, ਲੋਕ ਸਭਾ ਹਲਕਾ ਸਰਦਾਰ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਭਰਾ ਹਰਪ੍ਰੀਤ ਸਿੰਘ ਉਹਨਾਂ ਦਾ ਨਾਮ, ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਅਤੇ ਪੁਲਿਸ ਨੇ ਖੁਦ ਪ੍ਰੈਸ ਕਾਨਫਰੰਸ ਕੀਤੀ ਸੀ ਵੱਡੇ ਅਧਿਕਾਰੀਆਂ ਨੇ ਕਿ ਜਲੰਧਰ ਵਾਲਿਆਂ ਨੇ ਕਿ ਭਾਈ ਇੱਕ ਛੱਕੀ ਗੱਡੀ ਸੀ ਉਹ ਇੱਕ ਪਾਸੇ ਖੜੀ ਸੀ, ਪੁਲਿਸ ਵਾਲੇ ਜਾਂਦੇ ਸੀ, ਉਹਨਾਂ ਨੇ ਜਦੋਂ ਦੇਖਿਆ ਵਿੱਚ ਦੋ ਬੰਦੇ ਸੀ, ਉਹਨਾਂ ਦੇ ਕੋਲੋਂ ਆਹ ਨਸ਼ੀਲਾ ਪਦਾਰਥ ਫੜਿਆ ਗਿਆ। ਫਿਰ ਦਾਅਵਾ ਇਹ ਕੀਤਾ ਗਿਆ ਕਿ ਲੁਧਿਆਣੇ ਦੇ ਬੰਦੇ ਤੋਂ ਲੈ ਕੇ ਆਇਆ ਅਤੇ ਉਹਨਾਂ ਨੂੰ ਔਨਲਾਈਨ ਡਿਜੀਟਲ ਪੇਮੈਂਟ ਕੀਤੀ ਹੈ। ਫਿਰ ਉਹਨਾਂ ਦਾ ਮੁਲਾਜ਼ਾ ਕਰਾਇਆ ਗਿਆ, ਡਾਕਟਰੀ ਕਰਾਈ ਗਈ, ਮੁਆਇਨਾ ਕਰਾਇਆ ਗਿਆ ਅਤੇ ਉਹਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ ਕਿ ਨਸ਼ਾ ਕੀਤਾ ਸੀ, ਉਹਨਾਂ ਨੇ ਪੁਸ਼ਟੀ ਹੋ ਗਈ। ਰਿਮਾਂਡ ਮੰਗਿਆ, ਰਿਮਾਂਡ ਮਿਲਿਆ ਨਹੀਂ। ਪਰਿਵਾਰ ਕਹਿੰਦਾ ਸੀ ਸਰਦਾਰ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਕਿ ਮੁੰਡੇ ਨੂੰ ਫਸਾਇਆ ਜਾ ਰਿਹਾ, ਇੱਦਾਂ ਦੀ ਗੱਲ ਕੋਈ ਨਹੀਂ, ਸਿਰਫ ਸਾਡੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਜਦੋਂ ਰਿਮਾਂਡ ਨਹੀਂ ਸੀ ਮਿਲਿਆ ਉਦੋਂ ਵੀ ਉਹਨਾਂ ਨੇ ਕਿਹਾ, ਕਹਿੰਦੇ ਜੀ ਜੇ ਕੋਈ ਗੱਲ ਵਿੱਚ ਹੁੰਦੀ ਤਾਂ ਅਦਾਲਤ ਰਿਮਾਂਡ ਨਾ ਦਿੰਦੀ, ਉਹਨਾਂ ਨੂੰ ਅਦਾਲਤੀ ਹਿਰਾਸਤ 'ਚ ਕਿਉਂ ਭੇਜ ਦੀ, ਜੇਲ੍ਹ ਭੇਜ ਦਿੱਤਾ ਸੀ। ਫਿਰ ਉਹ ਲੁਧਿਆਣੇ ਵਾਲਾ ਬੰਦਾ ਵੀ ਫੜਿਆ ਗਿਆ ਜਿਹ ਤੋਂ ਲੈ ਕੇ ਆਏ, ਜੋ ਦਾਅਵਾ ਕੀਤਾ ਗਿਆ ਸੀ ਨਾ ਕਿ ਇਹਨੇ ਲੈ ਕੇ ਆਏ ਦਾਅਵਾ ਪੁਲਿਸ ਦਾ, ਹੁਣ ਪਤਾ ਲੱਗਿਆ ਕਿ ਉਹ ਰਿਮਾਂਡ 'ਤੇ ਰਿਹਾ, ਉਹਦੇ ਤੋਂ ਪੁੱਛਗਿੱਛ ਕੀਤੀ ਗਈ ਹੈ। ਇੱਕ ਬੰਦਾ ਕੋਈ ਹੋਰ ਫੜਿਆ ਇਸੇ ਕੇਸ ਦੇ ਵਿੱਚ ਅਤੇ ਦੁਬਾਰਾ ਸ਼ਾਇਦ ਸਰਦਾਰ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਭਰਾ ਸਰਦਾਰ ਹਰਪ੍ਰੀਤ ਸਿੰਘ ਹੋਰਾਂ ਨੂੰ ਰਿਮਾਂਡ 'ਤੇ ਲੈਣ ਦੀ ਅਰਜ਼ੀ ਜਿਹੜੀ ਹੈ ਉਹ ਪ੍ਰਸ਼ਾਸਨ ਦੇ ਰਿਹਾ। ਦੇਖੋ ਇੱਕ ਗੱਲ ਹੈ ਵੀ ਜਿਹੜਾ ਇਹ ਮਸਲਾ ਮੇਰਾ ਖਿਆਲ ਜਿੱਦਣ ਇਹ ਖਬਰ ਆਈ ਸੀ ਜੀ ਉਸੇ ਦਿਨ ਹੀ ਇੱਕ ਤਰ੍ਹਾਂ ਨਾਲ ਵਿਚਾਲਿਓਂ ਲੀਕ ਖਿੱਚੀ ਗਈ ਸੀ। ਅੱਧੇ ਲੋਕ ਇਹ ਕਹਿੰਦੇ ਸੀ ਵੀ ਇਹ ਸਾਰਾ ਕੁਛ ਜੀ ਘੜਿਆ ਘੜਾਇਆ ਜਾਣ ਬੁੱਝ ਕੇ ਬਦਨਾਮ ਕਰਨ ਦੀ ਗੱਲ ਹੈ। ਜਿਹੜੇ ਲੋਕ ਨਹੀਂ ਸੀ ਅੰਮ੍ਰਿਤਪਾਲ ਸਿੰਘ ਨਾਲ ਸਹਿਮਤ ਉਹ ਉਹਨਾਂ ਨੂੰ ਇੱਕ ਤਰ੍ਹਾਂ ਦਾ ਮੌਕਾ ਲੱਭ ਗਿਆ ਸੀ, ਉਹ ਕਹਿੰਦੇ ਵੀ ਆਹ ਦੇਖੋ ਤੁਹਾਨੂੰ ਤਾਂ ਪਤਾ ਲੱਗ ਗਿਆ ਹੁਣ ਵੀ ਅੰਦਰੋਂ ਕੀ ਹੈ। ਮੈਨੂੰ ਇਹ ਯਾਦ ਆ ਵੀ ਇਹ ਸਾਰੇ ਕੁਛ ਨੂੰ ਨਿਊਟਰਲ ਹੋ ਕੇ ਵੇਖਣ ਦੀ ਲੋੜ ਹੈ। ਹੁਣ ਦੇਖੋ ਜੇ ਤਾਂ ਆਪਾਂ ਪਹਿਲਾਂ ਇਸ ਗੱਲ ਨੂੰ ਇੱਦਾਂ ਮੰਨੀਏ ਕਿ ਵੀ ਹਾਂਜੀ ਕਿਸੇ ਨੂੰ ਫਸਾਇਆ ਗਿਆ, ਫਿਰ ਤਾਂ ਬਹੁਤ ਮਾੜੀ ਗੱਲ ਹੈ। ਵੀ ਮੰਨ ਲਓ ਵੀ ਜੇ ਕੋਈ ਬੰਦਾ ਕਿਤੇ ਪਹੁੰਚ ਗਿਆ ਕਿਉਂਕਿ ਲੋਕਾਂ ਨੇ ਵੋਟਾਂ ਪਾਈਆਂ, ਅੰਮ੍ਰਿਤਪਾਲ ਸਿੰਘ ਵੀ ਪਹੁੰਚ ਗਏ, ਪਰਿਵਾਰ ਨਾਲ ਅੱਜ ਲੋਕ ਸਾਥ 'ਚ ਨੇ, ਅਤੇ ਕੀ ਹੁਣ ਫਿਰ ਰਾਜਨੀਤਿਕ ਤੌਰ ਦੇ ਉੱਪਰ ਇਹ ਆ ਵੀ ਯਾਰ ਡਿੱਕੇੜਾ ਆ ਗਏ ਤਾਂ ਬੰਦਾ ਸੁੱਟ ਲਓ, ਫਿਰ ਇਹ ਬਹੁਤ ਮਾੜੀ ਗੱਲ। ਜੇ ਆਪਾਂ ਨੂੰ ਇੱਦਾਂ ਵੇਖ ਲਈਏ ਵੀ ਮੰਨ ਲਓ ਵੀ ਸੱਚੀ ਮੁੱਚੀ ਕਿਤੇ ਹਰਪ੍ਰੀਤ ਸਿੰਘ ਹੋਰਾਂ ਨੇ ਜਿੱਦਾਂ ਉੱਧਰ ਵੀ ਮੇਰੇ ਖਿਆਲ ਪੁਲਿਸ ਨੇ ਇਹ ਗੱਲ ਕਹੀ ਸੀ ਵੀ ਯਾਰ ਵੇਚਣ ਵਾਲੀ ਗੱਲ ਨਹੀਂ ਵੀ ਬੰਦਾ ਆਦੀ ਜ਼ਰੂਰ ਹੋ ਸਕਦਾ, ਆਪਾਂ ਇਹ ਵੀ ਮੰਨ ਲੈਂਦੇ ਵੀ ਬੰਦਾ ਆਦੀ ਹੈ। ਉੱਧਰ ਵੀ ਬੜੀ ਚਰਚਾ ਚੱਲਦੀ ਸੀ ਵੀ ਹਰਪ੍ਰੀਤ ਸਿੰਘ ਹੋਰਾਂ ਦਾ ਕਰਕੇ ਜਾਂ ਆਪਣੇ ਭਰਾ ਦਾ ਕਰਕੇ ਕੀ ਪਤਾ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਦਿਮਾਗ 'ਚ ਨੇ ਵੀ ਯਾਰ ਚੱਲ ਅੱਜ ਮੇਰਾ ਭਰਾ ਆ, ਹੋਰ ਵੀ ਬਹੁਤ ਸਾਰੇ ਮੇਰੇ ਭਰਾ ਮਾਰ ਗਏ ਨੇ, ਕਿਉਂ ਨਾ ਆਪਾਂ ਇਹਨਾਂ ਨੂੰ ਛਡਾਈਏ। ਇਹ ਤਾਂ ਪੋਜ਼ਿਟਿਵ ਗੱਲ ਹੋਈ ਨਾ ਵੀ ਇੱਕ ਬੰਦਾ ਜੇ ਮੰਨ ਲਓ ਉਹਨੂੰ ਲੱਗਿਆ ਵੀ ਯਾਰ ਮੇਰੇ ਘਰ 'ਚ ਪ੍ਰੋਬਲਮ ਤਾਂ, ਕਿਉਂ ਨਾ ਆਪਾਂ ਬਾਕੀ ਦੀ ਘਰਾਂ ਜਿਹੜੀ ਪ੍ਰੋਬਲਮ ਇਹਨਾਂ ਨੂੰ ਨਜਿੱਠਣ ਦੇ ਲਈ ਇਸ ਪਾਸੇ ਤੁਰੀਏ। ਇੱਕ ਤਰ੍ਹਾਂ ਦੀ ਮੁਹਿੰਮ ਚੱਲੀ, ਉਸ ਮੁਹਿੰਮ ਨੂੰ ਪੰਜਾਬ ਵਾਲਿਆਂ ਸਾਥ ਦਿੱਤਾ, ਸਾਥ ਦਿੱਤਾ ਕਰਕੇ ਅੱਜ ਦੀ ਡੇਟ ਦੇ ਵਿੱਚ ਅੰਮ੍ਰਿਤਪਾਲ ਸਿੰਘ ਹੋਰੀ ਮੈਂਬਰ ਪਾਰਲੀਮੈਂਟ। ਹੁਣ ਜੇ ਕੋਈ ਬੰਦਾ ਇਹ ਆ, ਇਹਦਾ ਇੱਕ ਤੀਸਰਾ ਪੱਖ ਮੈਂ ਹੋਰ ਗੱਲ ਕਰਦਾ ਵੀ ਪੰਜਾਬ ਦੇ ਵਿੱਚ ਮੰਨ ਲਓ ਵੀ ਹੁਣ ਚਲੋ ਇਹਦੇ ਦੋ ਭਰਾਵਾਂ ਦੀ ਆਪਾਂ ਗੱਲ ਕਰਦੇ, ਮੰਨ ਲਓ ਪੰਜ ਭਰਾ ਹੋ ਗਏ, ਪੰਜਾਂ ਭਰਾਵਾਂ ਦੇ ਵਿੱਚ ਮੰਨ ਲਓ ਜੀ ਇੱਕ ਭਰਾ ਜੀ ਉਹ ਬਹੁਤ ਵਧੀਆ ਅਤੇ ਕੀ ਬਾਕੀ ਚਾਰ ਵੀ ਬਹੁਤ ਵਧੀਆ ਹੁੰਦੇ ਗਏ ਅਤੇ ਹੁਣ ਜੇ ਤੁਸੀਂ ਇੱਕ ਭਰਾ ਵਧੀਆ ਅਤੇ ਬਾਕੀ ਚੌਹਾਂ ਦਾ ਕਰਕੇ ਉਹਨੂੰ ਆਖੀ ਹੋ ਇਹ ਵੀ ਮਾੜਾ, ਇੱਦਾਂ ਕਿੱਦਾਂ ਨਹੀਂ, ਉਹਦਾ ਕਸੂਰ ਨਹੀਂ ਨਿਕਲ ਸਕਦਾ ਉਸ, ਹੈ ਨਾ। ਮਤਲਬ ਇਹ ਵੀ ਜੇ ਤਾਂ ਤੁਸੀਂ ਪੋਲੀਟੀਕਲ ਪਾਰਟੀਆਂ ਦੀ ਗੱਲ ਕਰ ਲਓ, ਪੋਲੀਟੀਕਲ ਲੀਡਰ ਤੁਸੀਂ ਹੁਣ ਦੇਖ ਲਓ ਕਈ ਪਰਿਵਾਰਾਂ 'ਚ ਤੁਹਾਨੂੰ ਇੱਕ ਭਰਾ ਇੱਕ ਪਾਰਟੀ 'ਚ, ਦੂਜਾ ਭਰਾ ਦੂਜੀ ਪਾਰਟੀ 'ਚ ਮਿਲ ਪੂਗਾ ਅਤੇ ਤੁਸੀਂ ਇਹ ਕਿੱਦਾਂ ਆਖਦੇ ਵੀ ਇੱਕ ਭਰਾ ਜਿਹੜਾ ਉਹ ਚੰਗਾ ਅਤੇ ਦੂਜਾ ਮਾੜਾ ਜਾਂ ਉਹਦਾ ਕਰਕੇ ਉਹ ਪਹਿਲਾਂ ਵੀ ਮਾੜਾ। ਸੋ ਮੈਨੂੰ ਲੱਗਦਾ ਵੀ ਇਸ ਚੀਜ਼ ਨੂੰ ਬਿਲਕੁਲ ਅੱਡੋ ਅੱਡ ਕਰਕੇ ਵੇਖਣਾ ਚਾਹੀਦਾ। ਹਾਂ ਜੋ ਉਹਨਾਂ ਦਾ ਮਸਲਾ ਹੈ ਉਹ ਅਦਾਲਤ ਨੇ ਦੇਖਣਾ ਜਾਂ ਕਹਿ ਲਓ ਕਿ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋ ਜਾਣਾ ਵੀ ਸੱਚ ਕੀ ਸੀ ਝੂਠ ਕੀ ਸੀ। ਪਰ ਉਹਦਾ ਕਰਕੇ ਜੇ ਆਪਾਂ ਇਹ ਕਹੀਏ ਵੀ ਮੈਂਬਰ ਪਾਰਲੀਮੈਂਟ ਹੋਣਾ ਤੁਸੀਂ ਵਿੱਚੇ ਘੜੀਸ ਲਓ ਅੰਮ੍ਰਿਤਪਾਲ ਸਿੰਘ, ਉਹ ਕੋਈ ਬਹੁਤੀ ਸਿਆਣੀ ਗੱਲ ਹੈ ਨਹੀਂ।